ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਗਵਰਨਮੈਂਟ ਜੌਬ ਕਰੋ ਤੇ ਸੋ ਅੱਜ ਦੀ ਵੀਡੀਓ 'ਚ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਪਟਵਾਰੀ ਐਗਜ਼ਾਮ ਐਡਮਿਟ ਕਾਰਡ ਬਾਰੇ ਸੋ ਤੁਸੀਂ ਦੇਖ ਸਕਦੇ ਹੋ ਇਹ ਸੈਂਪਲ ਹੈਗਾ ਤੁਹਾਡਾ ਪੰਜਾਬ ਪਟਵਾਰੀ ਦੇ ਐਗਜ਼ਾਮ ਦਾ ਤਾਂ ਕਾਫੀ ਸਟੂਡੈਂਟ ਦੀ ਇਹ ਕੁਆਰੀ ਆ ਰਹੀ ਸੀ ਕਿ ਤੁਸੀਂ ਦੱਸੋ ਯਾਰ ਕਿੱਦਾਂ ਐਡਮਿਟ ਕਾਰਡ ਲੈ ਕੇ ਜਾਣਾ ਹੈ ਕਿ ਨਹੀਂ ਲੈ ਕੇ ਜਾਣਾ ਹੈ ਕੀ ਕੀ ਭਰਨਾ ਹੈ ਤੇ ਕਾਫੀ ਇਦਾਂ ਦੀ ਜਿਹੜੀ ਕੁਆਰੀਸ ਨੇ ਉਹ ਆ ਰਹੀਆਂ ਸੀ ਸੋ ਇਸ ਲਈ ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ ਤੁਹਾਡੇ ਲਈ ਸਪੈਸ਼ਲ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਐਡਮਿਟ ਕਾਰਡ ਵਿੱਚ ਤੁਸੀਂ ਕੀ ਲਿਖਣਾ ਹੈ ਤੇ ਤੁਸੀਂ ਆਪਣੇ ਨਾਲ ਲੈ ਕੇ ਜਾਣਾ ਹੈ ਕਿ ਨਹੀਂ ਲੈ ਕੇ ਜਾਣਾ ਸੋ ਇਹ ਜਿਹੜਾ ਐਡਮਿਟ ਕਾਰਡ ਹੈ ਤੁਸੀਂ ਜੋ ਕਿ ਡਾਊਨਲੋਡ ਕੀਤਾ ਹੈ ਆਨਲਾਈਨ ਇਹ ਤੁਸੀਂ ਇਹਦੀ ਫੋਟੋ ਕਾਪੀ ਕਰਾ ਲਓਗੇ ਤੇ ਨਾਲ ਦੇ ਨਾਲ ਆਪਣੇ ਨਾਲ ਲੈ ਕੇ ਜਾਓਗੇ ਠੀਕ ਹੈ ਨਾਲ ਲੈ ਕੇ ਜਾਓਗੇ ਤਾਂ ਹੀ ਕਿਉਂਕਿ ਇਹ ਕੰਪਲਸਰੀ ਹੈ ਜੇਕਰ ਤੁਸੀਂ ਇਹਨੂੰ ਆਪਣੇ ਨਾਲ ਨਹੀਂ ਲੈ ਕੇ ਜਾਂਦੇ ਹੋ ਤਾਂ ਤੁਹਾਡੇ ਜਿਹੜੇ ਐਗਜ਼ਾਮਸ ਨੇ ਉਹ ਕੰਡਕਟ ਨਹੀਂ ਹੋਣਗੇ ਤੇ ਤੁਹਾਨੂੰ ਐਂਟਰੀ ਨਹੀਂ ਦਿੱਤੀ ਜਾਊਗੀ ਸੋ ਸਭ ਤੋਂ ਪਹਿਲਾਂ ਤੁਹਾਡਾ ਰੋਲ ਨੰਬਰ ਦੇਖ ਸਕਦੇ ਹੋ ਤੁਸੀਂ ਇੱਥੇ ਲਿਖਿਆ ਆਉਂਦਾ ਫਿਰ ਉਸ ਤੋਂ ਇਲਾਵਾ ਡੇਟ ਤੇ ਟਾਈਮ ਆਫ ਐਗਜ਼ਾਮ ਤੁਹਾਨੂੰ ਦਿੱਤਾ ਹੁੰਦਾ ਇੱਥੇ ਤੇ ਤੁਸੀਂ ਦੇਖ ਸਕਦੇ ਇੱਥੇ ਤੁਹਾਡਾ ਸੈਂਟਰ ਵੀ ਦਿੱਤਾ ਹੋਇਆ ਹੈ ਠੀਕ ਹੈ ਤਾਂ ਜਦੋਂ ਤੁਸੀਂ ਆਪਣਾ ਜਿਹੜਾ ਐਡਮਿਟ ਕਾਰਡ ਹੈ ਡਾਊਨਲੋਡ ਕਰਦੇ ਹੋ ਉਸ ਵੇਲੇ ਹੀ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਗੇਨ ਕਰ ਲੈਂਦੇ ਹੋ ਠੀਕ ਹੈ ਦੈਨ ਉਸ ਤੋਂ ਇਲਾਵਾ ਤੁਹਾਡੀ ਤੁਸੀਂ ਇੱਥੇ ਲਿਖਦੇ ਹੋ ਆਪਣੇ ਕੈਂਡੀਡੇਟ ਮੀਨਸ ਆਪਣਾ ਨਾਮ ਲਿਖਦੇ ਹੋ ਦੈਨ ਫਾਦਰਸ ਨੇਮ ਲਿਖਦੇ ਹੋ ਡੇਟ ਆਫ ਬਰਥ ਲਿਖਦੇ ਹੋ ਤੇ ਆਪਣੀ ਕੈਟੇਗਰੀ ਲਿਖਦੇ ਹੋ ਜੋ ਜਿਸ ਕੈਟੇਗਰੀ ਤੋਂ ਤੁਸੀਂ ਬਿਲੋਂਗ ਕਰਦੇ ਹੋ ਠੀਕ ਹੈ ਦੈਨ ਉਸ ਤੋਂ ਇਲਾਵਾ ਨੋਟ ਤੁਸੀਂ ਪੜ ਸਕਦੇ ਹੋ ਇਸ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਤੁਸੀਂ ਆਪਣੇ ਜਿਹੜੇ ਐਡਮਿਟ ਕਾਰਡ ਨੇ ਉਹ ਨਾਲ ਲੈ ਕੇ ਆਓਗੇ ਤੇ ਇਹਨਾਂ ਦੀ ਫੋਟੋਕਾਪੀ ਲੈ ਕੇ ਆਓਗੇ ਦੈਨ ਆਪਣੀ ਫੋਟੋਗ੍ਰਾਫਸ ਲੈ ਕੇ ਆਓਗੇ ਜੋ ਕਿ 3 ਮਹੀਨੇ ਤੋਂ ਪੁਰਾਣੀ ਨਾ ਹੋਏ ਮੀਨਸ ਰੀਸੈਂਟਲੀ ਜਿਹੜੀ ਫੋਟੋਆਂ ਤੁਸੀਂ ਖਿੱਚੀਆਂ ਹੋਈਆਂ ਨੇ ਉਹਨਾਂ ਦੀ ਹੀ ਫੋਟੋਕਾਪੀ ਤੁਸੀਂ ਲੈ ਕੇ ਆਓਗੇ ਦੈਨ ਆਪਣਾ ਜਿਹੜਾ ਓਰੀਜਨਲ ਫੋਟੋ ਆਈਡੈਂਟੀ ਪ੍ਰੂਫ ਹੈ ਉਹ ਵੀ ਲੈ ਕੇ ਆਓਗੇ ਮੀਨਸ ਜੋ ਵੀ ਤੁਸੀਂ ਰਜਿਸਟ੍ਰੇਸ਼ਨ ਦੇ ਟਾਈਮ ਆਪਣਾ ਆਈਡੈਂਟੀ ਪ੍ਰੂਫ ਦਿੱਤਾ ਹੋਇਆ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਨਾਲ ਲੈ ਕੇ ਜਾਓਗੇ ਦੈਨ ਮੋਬਾਈਲਸ ਵਾਚਸ ਪੈਨ ਪੈਨਸਲ ਇਹ ਸਾਰੀ ਚੀਜ਼ਾਂ ਜੋ ਕਿ ਤੁਸੀਂ ਨਹੀਂ ਲੈ ਕੇ ਜਾ ਸਕਦੇ ਹੋ ਐਗਜ਼ਾਮੀਨੇਸ਼ਨ ਸੈਂਟਰ ਵਿੱਚ ਇਹ ਸਭ ਤੁਹਾਨੂੰ ਦੱਸਿਆ ਹੋਇਆ ਦੈਨ ਕੋਈ ਵੀ ਇੱਥੇ ਨੀਡ ਨਹੀਂ ਹੈਗੀ ਹੈ ਵੈਲਿਊਬਲ ਬੈਗਸ ਮੋਬਾਈਲਸ ਵਾਚਸ ਐਕਸਟਰਾ ਔਰ ਵੀ ਕਾਫੀ ਚੀਜ਼ਾਂ ਦੀ ਕਿਉਂਕਿ ਇਸ ਲਈ ਤੁਸੀਂ ਰਿਸਪੋਂਸਿਬਲ ਹੋਗੇ ਜੇਕਰ ਇਹ ਗੁੰਮ ਹੁੰਦਾ ਹੈ ਜੇਕਰ ਤੁਸੀਂ ਲੈ ਕੇ ਜਾਂਦੇ ਹੋ ਤਾਂ ਦੈਨ ਉਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਨੈਕਸਟ ਇਸ ਵਿੱਚ ਤੁਸੀਂ ਦੁਬਾਰਾ ਤੋਂ ਆਪਣਾ ਜਿਹੜਾ ਹੈ ਨੇਮ ਫਿਲ ਕਰਦੇ ਹੋ ਫਾਦਰਸ ਨੇਮ ਫਿਲ ਕਰਦੇ ਹੋ ਡੇਟ ਆਫ ਬਰਥ ਫਿਲ ਕਰਦੇ ਹੋ ਤੇ ਮੋਬਾਈਲ ਨੰਬਰ ਫਿਲ ਕਰਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਇੱਥੇ ਪੂਰਾ ਡਿਟੇਲ ਦੱਸੀ ਗਈ ਹੈ ਕਿ ਤੁਹਾਡੇ ਜਿਹੜੇ ਹੈਗੇ ਨੇ ਕਿੰਨਾ ਕੁ ਟਾਈਮ ਤੁਹਾਨੂੰ ਦਿੱਤਾ ਜਾਊਗਾ ਐਗਜ਼ਾਮੀਨੇਸ਼ਨ ਕਰਨ ਲਈ ਤੇ ਇੱਥੇ ਤੁਸੀਂ ਆਪਣੀ ਜਿਹੜੀ ਫੋਟੋ ਹੈ ਉਹ ਅਟੈਚ ਕਰੋਗੇ ਦੈਨ ਕਾਫੀ ਹੋਰ ਇਨਫੋਰਮੇਸ਼ਨ ਤੁਹਾਨੂੰ ਦੱਸੀ ਗਈ ਹੈ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਠੀਕ ਹੈ ਫਿਰ ਇੱਥੇ ਤੁਸੀਂ ਆਪਣੇ ਸਿਗਨੇਚਰ ਕਰੋਗੇ ਰਿਕਾਰਡ ਲਈ ਤੇ ਇੱਥੇ ਇਨਵਿਗਲੇਟਰ ਦੇ ਸਿਗਨੇਚਰ ਹੋਣਗੇ ਤੇ ਉੱਥੇ ਆਪਣਾ ਨਾਮ ਲਿਖਣਗੇ ਉਹ ਦੈਨ ਸਿਗਨੇਚਰ ਕਰਨਗੇ ਇੱਥੇ ਵੀ ਠੀਕ ਹੈ ਇੱਥੇ ਜਿਹੜਾ ਹੈਗਾ ਤੁਸੀਂ ਆਪਣਾ ਸਿਗਨੇਚਰ ਕਰੋਗੇ ਇਨਵਿਗਲੇਟਰ ਦੇ ਸਾਹਮਣੇ ਠੀਕ ਹੈ ਜਦੋਂ ਵੀ ਤੁਸੀਂ ਐਗਜ਼ਾਮੀਨੇਸ਼ਨ ਹਾਲ ਵਿੱਚ ਬੈਠੇ ਹੋਵੋਗੇ ਉਸ ਵੇਲੇ ਇਹ ਸਾਰਾ ਪ੍ਰੋਸੀਜਰ ਤੁਹਾਡਾ ਹੋਏਗਾ ਦੈਨ ਇੰਸਟਰਕਸ਼ਨ ਦੀ ਆਪਾਂ ਗੱਲ ਕਰਦੇ ਹਾਂ ਇੰਸਟਰਕਸ਼ਨ ਵਿੱਚ ਜ਼ਿਆਦਾ ਕੁਛ ਦੱਸਿਆ ਨਹੀਂ ਗਿਆ ਬਸ ਇਹੀ ਦੱਸਿਆ ਗਿਆ ਕਿ ਕੋਵਿਡ ਦੇ ਸਾਰੇ ਰੂਲਸ ਤੁਸੀਂ ਫੋਲੋ ਕਰੋਗੇ ਮੀਨਸ ਕਿ ਤੁਹਾਡੇ ਜਿਹੜੇ ਐਗਜ਼ਾਮਸ ਨੇ ਉਹ 10 ਤੋਂ ਲੈ ਕੇ 11 ਤੋਂ ਲੈ ਕੇ 1 ਵਜੇ ਤੱਕ ਹਨ ਤਾਂ ਪੂਰਾ ਜਿਹੜਾ ਪ੍ਰੋਸੀਜਰ ਉਹ ਫੋਲੋ ਹੋਏਗਾ ਅਤੇ ਨਾਲ ਦੇ ਨਾਲ ਤੁਸੀਂ ਇੱਕ ਡਿਸਟੈਂਸ ਮੇਨਟੇਨ ਕਰਕੇ ਰੱਖੋਗੇ ਮਾਸਕ ਪਾ ਕੇ ਰੱਖੋਗੇ ਦੈਨ ਸੈਨੀਟਾਈਜ਼ਰ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਅਤੇ ਤੁਸੀਂ ਕੋਈ ਵੀ ਪੈਨ ਜਾਂ ਪੈਨਸਲ ਨਹੀਂ ਲੈ ਕੇ ਜਾਓਗੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ ਬਲੂ ਜਾਂ ਬਲੈਕ ਵਾਲ ਪੈਂਟ ਇਸ ਤੋਂ ਇਲਾਵਾ ਕੋਈ ਵੀ ਪੈਨ ਤੁਸੀਂ ਯੂਜ਼ ਨਹੀਂ ਕਰ ਸਕਦੇ ਠੀਕ ਹੈ ਅਤੇ ਜਿਹੜੇ ਐਡਮਿਟ ਕਾਰਡ ਨੇ ਉਹ ਕਾਫੀ ਜ਼ਿਆਦਾ ਇੰਪੋਰਟੈਂਟ ਨੇ ਤੁਸੀਂ ਆਪਣੇ ਨਾਲ ਲੈ ਕੇ ਜਾਓ ਇੰਪੋਰਟੈਂਟ ਇਸ ਲਈ ਨੇ ਕਿਉਂਕਿ ਇਸ ਨੂੰ ਦੇਖ ਕੇ ਹੀ ਤੁਹਾਨੂੰ ਐਂਟਰੀ ਮਿਲਣ ਵਾਲੀ ਹੈ ਉਸ ਤੋਂ ਇਲਾਵਾ ਤੁਹਾਨੂੰ ਐਂਟਰੀ ਕਰਨ ਹੀ ਨਹੀਂ ਦੇਣਗੇ ਠੀਕ ਹੈ ਅਤੇ ਦੈਨ ਉਸ ਤੋਂ ਇਲਾਵਾ ਇਹ ਵੀ ਇੰਸਟਰਕਸ਼ਨ ਦਿੱਤੀ ਗਈ ਹੈ ਕਿ ਤੁਸੀਂ ਜਦੋਂ ਵੀ ਇਗਜ਼ਾਮ ਦੇਣ ਬੈਠੋਗੇ ਉਸਦੇ ਵਿਚਕਾਰ ਤੁਹਾਨੂੰ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਮੀਨਸ ਐਗਜ਼ਾਮੀਨੇਸ਼ਨ ਰੂਮ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ ਹੋ ਠੀਕ ਹੈ ਵਿਦਾਊਟ ਐਨੀ ਪਰਮਿਸ਼ਨ ਬਾਕੀ ਹੋਰ ਕੋਈ ਇੱਦਾਂ ਦੀ ਡਿਟੇਲ ਨਹੀਂ ਦੱਸੀ ਗਈ ਬਸ ਇਹੀ ਦੱਸਿਆ ਗਿਆ ਕਿ ਤੁਹਾਡੇ ਜਿਹੜੇ ਸੀਸੀਟੀ ਕੈਮਰਾਸ ਨੇ ਉਹ ਹਰ ਇੱਕ ਰੂਮ ਵਿੱਚ ਲਗਾਏ ਗਏ ਹਨ ਤੁਹਾਡੇ ਜਿਹੜੇ ਹੈਗੇ ਨੇ ਬਾਇਓਮੈਟ੍ਰਿਕਸ ਹੋਣਗੇ ਤਾਂ ਕਿ ਕੋਈ ਵੀ ਸਟੂਡੈਂਟ ਕਿਸੇ ਹੋਰ ਸਟੂਡੈਂਟ ਦੀ ਥਾਂ ਨਾ ਬੈਠ ਸਕੇ ਅਤੇ ਹੋਰ ਵੀ ਕਾਫੀ ਇਨਫੋਰਮੇਸ਼ਨ ਜੋ ਕਿ ਮੈਂ ਤੁਹਾਨੂੰ ਆਪਣੀ ਵੀਡੀਓ ਵਿੱਚ ਫਿਰ ਇੱਕ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਸੀ ਉਹ ਉਸ ਵਿਚਕਾਰ ਵੀ ਦੱਸੇ ਹਨ ਜੋ ਕਿ ਤੁਸੀਂ ਸਾਡੀ ਪਲੇਲਿਸਟ 'ਤੇ ਜਾ ਕੇ ਦੇਖ ਸਕਦੇ ਹੋ ਕਿ ਕੀ ਕ੍ਰਾਈਟੀਰੀਆ ਤੁਹਾਡਾ ਫੋਲੋ ਹੋਣਾ ਚਾਹੀਦਾ ਕਿ ਕਿੱਦਾਂ ਜਿਹੜੇ ਚੇਅਰਪਰਸਨ ਨੇ ਮੀਨਸ ਚੇਅਰਮੈਨ ਨੇ PSSSB ਉਹਨਾਂ ਨੇ ਕੀ ਸਿਕਿਉਰਿਟੀ ਕੀਤੀ ਹੈ ਤਾਂ ਕਿ ਕੋਈ ਵੀ ਸਟੂਡੈਂਟ ਚੀਟਿੰਗ ਨਾ ਕਰ ਸਕੇ ਅਤੇ ਇਹ ਸਾਰਾ ਜਿਹੜਾ ਪ੍ਰੋਸੀਜਰ ਪੂਰਾ ਫੇਅਰਲੀ ਕੀਤਾ ਜਾਵੇ ਠੀਕ ਹੈ ਸੋ ਆਪਣਾ ਜਿਹੜਾ ਹੈਗਾ ਐਗਜ਼ਾਮ ਤੁਸੀਂ ਵਧੀਆ ਢੰਗ ਨਾਲ ਦਿਓ ਆਪਣਾ ਬੈਸਟ ਦੇ ਕੇ ਆਓ ਬਾਕੀ ਕੋਈ ਟੈਨਸ਼ਨ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਤੁਹਾਡੇ ਜਿਹੜੇ ਐਗਜ਼ਾਮ ਤਾਂ ਪੂਰੇ ਫੇਅਰ ਹੋਣ ਜਾ ਰਹੇ ਨੇ ਅਤੇ ਉਹ MR ਸ਼ੀਟ ਵਿੱਚ ਤੁਹਾਡੇ ਐਗਜ਼ਾਮਸ ਹੋਣਗੇ ਸੋ ਉਹ MR ਸ਼ੀਟ ਵੀ ਦੇ ਰਿਗਾਰਡਿੰਗ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈ ਹਾਂ ਜੋ ਤੁਸੀਂ ਸਾਡੀ ਪਲੇਲਿਸਟ 'ਤੇ ਜਾ ਕੇ ਦੇਖ ਸਕਦੇ ਹੋ ਕਿ ਕਿੱਦਾਂ ਤੁਸੀਂ ਉਹ MR ਸ਼ੀਟ ਭਰ ਰਹੀ ਹੈ ਅਤੇ ਕੀ ਇਨਫੋਰਮੇਸ਼ਨ ਤੁਹਾਨੂੰ ਪੁੱਛੀ ਜਾਂਦੀ ਹੈ ਅਤੇ ਕਿੱਦਾਂ ਤੁਸੀਂ ਬਹੁਤ ਵਧੀਆ ਢੰਗ ਨਾਲ
ਫੋਲੋ ਕਰ ਸਕਦੇ ਹੋ ਤੇ ਕਿੱਦਾਂ ਵਧੀਆ ਢੰਗ ਨਾਲ ਤੁਸੀਂ ਓਮਾਈ ਸ਼ੀਟ ਨੂੰ ਪਾ ਸਕਦੇ ਹੋ। ਇਹ ਸਾਰੇ ਟਿਪਸ ਵੀ ਤੁਹਾਨੂੰ ਮੈਂ ਆਪਣੀ ਵੀਡੀਓ ਵਿੱਚ ਦੱਸੀਆਂ ਹੋਈਆਂ ਹਨ, ਸੋ ਉਸ ਵੀਡੀਓ ਨੂੰ ਵੀ ਤੁਸੀਂ ਜ਼ਰੂਰ ਦੇਖੋ। ਬਾਕੀ ਇਹ ਤੁਸੀਂ ਦੇਖ ਸਕਦੇ ਹੋ, ਇੱਥੇ ਤੁਹਾਡਾ COVID-19 ਸੈਲਫ ਡਿਕਲੇਰੇਸ਼ਨ ਫਾਰਮ ਹੈ ਜੋ ਕਿ ਤੁਸੀਂ ਫਿਲ ਕਰਦੇ ਹੋ, ਮੀਨਸ ਕਿ ਤੁਸੀਂ ਆਪਣਾ ਨੇਮ ਲਿਖਦੇ ਹੋ, ਰੋਲ ਨੰਬਰ ਲਿਖਦੇ ਹੋ ਤੇ ਕੰਟੈਕਟ ਨੰਬਰ ਲਿਖਦੇ ਹੋ। ਸੋ ਇਹ ਜਿਹੜਾ ਫਿਲ ਕਰਦੇ ਹੋ ਤੁਸੀਂ ਕਿ ਤੁਹਾਨੂੰ ਫੀਵਰ ਤਾਂ ਹੈਗਾ ਕਿ ਨਹੀਂ, ਮੀਨਸ ਇਹ ਫੀਵਰ ਦੇ ਸਿਮਟਮਸ ਤਾਂ ਨਹੀਂ ਹੈਗੇ, ਤੁਹਾਡੇ ਕੋਲ ਕਫ ਹੈ, ਸ਼ੋਰਟ ਥਰੋਟ, ਰਨਿੰਗ ਨੋਜ਼, ਇਹ ਸਾਰੀ ਇਨਫੋਰਮੇਸ਼ਨ ਫਿਲ ਕਰੋਗੇ ਆਪਣੇ ਅਕੋਰਡਿੰਗ, ਜੋ ਵੀ ਜਿੱਦਾਂ ਵੀ ਤੁਹਾਨੂੰ ਪ੍ਰੋਬਲਮ ਹੈ ਉਸ ਅਕੋਰਡਿੰਗ, ਠੀਕ ਹੈ। ਦੈਨ ਇਹ ਸਾਰਾ ਫਿਲ ਕਰਨ ਤੋਂ ਬਾਅਦ ਇੱਥੇ ਤੁਸੀਂ ਆਪਣੀ ਸਿਗਨੇਚਰ ਕਰਦੇ ਹੋ ਅਤੇ ਇਹ ਐਡਮਿਟ ਕਾਰਡ ਸਬਮਿਟ ਕਰਦੇ ਹੋ। ਸਬਮਿਟ ਮੀਨਸ ਕਿ ਤੁਸੀਂ ਸ਼ੋਅ ਕਰਦੇ ਹੋ ਇਗਜ਼ਾਮ ਹਾਲ ਵਿੱਚ, ਠੀਕ ਹੈ। ਇਹ ਸਾਰਾ ਤੁਸੀਂ ਭਰ ਕੇ ਜਾਣਾ ਹੈ। ਬਾਕੀ ਹੋਰ ਕੋਈ ਇੱਦਾਂ ਦੀ ਇਨਫੋਰਮੇਸ਼ਨ, ਇੰਪੋਰਟੈਂਟ ਇਨਫੋਰਮੇਸ਼ਨ ਨਹੀਂ ਹੈ। ਬਾਕੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਜਿੰਨੀ ਵੀ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਸੀ। ਬਾਕੀ ਹੋਰ ਕੋਈ ਅਪਡੇਟ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਸੋ ਬੜੇ ਰਹੋ ਸਾਡੇ ਚੈਨਲ ਦੇ ਨਾਲ, ਅਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਧੰਨਵਾਦ।